ਪਰ ਆਪ ਜੀ ਨੇ ਫਿਰ ਵੀ ਇਹ ਦੋਨੇ ਕਾਂਗਰਸੀ ਅਤੇ ਅਕਾਲੀਆਂ ਨੂੰ ਢਾ ਕੇ ਵਾਹਿਗੁਰੂ ਇਹ ਮੈਨੂੰ ਵਡਿਆਈ ਬਖਸ਼ੀ ਹੈ। ਇਹਦੇ ਵਿੱਚ ਜੋ ਸੱਚਾ ਸੌਦਾ ਡੇਰਾ ਦੇ ਪ੍ਰੇਮੀ ਹਨ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ। ਜੋ ਸੁਖਬੀਰ ਬਾਦਲ ਨੇ ਚਾਲਾਂ ਚੱਲ ਕੇ ਸਾਡੇ ਸੰਤ ਡਾਕਟਰ ਰਾਮ ਰਹੀਮ ਜੀ ਨੂੰ ਕੈਦ ਕਰਾ ਦਿੱਤੀ ਹੈ ਸੁਨਹਿਰੀਆ ਜੇਲ੍ਹ ਦੇ ਵਿੱਚ। ਬਠਿੰਡਾ ਦੇ ਗੁਰੂ ਘਰ 'ਚ ਗ੍ਰੰਥੀ ਸਿੰਘ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਰਿਹਾਈ ਲਈ ਕੀਤੀ ਅਰਦਾਸ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦੱਸ ਦਈਏ ਕਿ ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ ਨੰਬਰ 4 'ਚ ਗ੍ਰੰਥੀ ਗੁਰਮੇਲ ਸਿੰਘ ਵੱਲੋਂ ਰਾਮ ਰਹੀਮ ਦੀ ਰਿਹਾਈ ਅਤੇ ਸੁਖਬੀਰ ਬਾਦਲ ਵੱਲੋਂ ਉਹਨਾਂ ਨੂੰ ਫਸਾਉਣ ਬਾਰੇ ਦੱਸਦਿਆਂ ਅਰਦਾਸ ਕੀਤੀ ਗਈ ਸੀ, ਜੋ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗੂ ਫੈਲ ਗਈ, ਜਿਸ ਦੇ ਬਾਅਦ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ 'ਚ ਖਲਬਲੀ ਮੱਚ ਗਈ। ਉਸੇ ਮਾਮਲੇ 'ਚ ਬਠਿੰਡਾ ਦੇ ਵਕੀਲਾਂ ਵੱਲੋਂ ਬਠਿੰਡਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਛੇਤੀ ਤੋਂ ਛੇਤੀ ਗੁਰਮੇਲ ਸਿੰਘ ਖਾਲਸਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਦੇਖੋ ਜਿਹੜੀ ਅੱਜ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਬਸਤੀ ਬੀੜ ਤਲਾਬ ਜਿੱਥੇ ਇੱਕ ਗੁਰਮੇਲ ਸਿੰਘ ਨਾਂ ਦਾ ਜਿਹੜਾ ਪਾਠੀ ਸਿੰਘ ਹੈ ਜਿਸ ਨੇ ਅਰਦਾਸ ਕੀਤੀ ਹੈ ਉਹ ਅਰਦਾਸ ਕਾਫੀ ਵਾਇਰਲ ਹੋਈ ਹੈ। ਉਸ ਅਰਦਾਸ ਦੇ ਵਿੱਚ ਉਹਨੇ ਕਿਹਾ ਹੈ ਕਿ ਮੈਂ ਜਿਹੜਾ ਰਾਮ ਰਹੀਮ ਸੰਤਾਂ ਦੇ ਉਹਨੇ ਕਹਿ ਕੇ ਲਫਜ਼ ਸੰਬੋਧਨ ਕੀਤਾ ਹੈ ਕਿ ਮੈਂ ਸੱਚੇ ਪਾਤਸ਼ਾਹ ਉਸ ਨੂੰ ਗੁਰਦੁਆਰੇ 'ਚ ਲੈ ਕੇ ਆਵਾਂਗਾ। ਉਸ ਨੂੰ ਜਿਹੜਾ ਸੁਖਬੀਰ ਬਾਦਲ ਨੇ ਅੰਦਰ ਕਰਾਇਆ ਹੈ ਕੁਝ ਗਾਂ ਚਾਲਾਂ ਨਾਲ ਕਰਾਇਆ ਹੈ। ਸੋ ਮੇਰੀ ਬੇਨਤੀ ਇੰਨੀ ਹੈ ਕਿ ਸਾਡਾ ਜਿਹੜਾ ਸਰਸੇ ਵਾਲੇ ਸਾਧ ਦੀ ਜਿਹੜੀ ਅਰਦਾਸ ਹੋਣੀ ਹੈ ਇਹ ਸਿੱਖ ਜਗਤ ਦੇ ਬੜੀ ਅਗੇਂਸਟ ਚੀਜ਼ ਹੈ, ਕਿਉਂਕਿ ਗੁਰਮੀਤ ਰਾਮ ਰਹੀਮ ਉਹ ਆਦਮੀ ਹੈ ਜਿਸ ਦੇ ਕਰਕੇ ਬਹਿਬਲ ਕਲਾ 2 ਮਰਡਰ ਹੋਏ, ਜਵਾਹਰ ਕੇ ਪ੍ਰੇਮੀਆਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ, ਭਗਤੇ ਬੇਅਦਬੀ ਹੋਈ, ਟੋਟਲ 15 ਥਾਵਾਂ 'ਤੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਤਾਂ ਇਹ ਜਿਹੜਾ ਪਾਠੀ ਹੈ ਇਹ ਪਾਠੀ ਸਿੰਘ ਅਰਦਾਸ ਕਰ ਰਿਹਾ ਕਿ ਅਸੀਂ ਗੁਰਮੀਤ ਰਾਮ ਰਹੀਮ ਨੂੰ ਗੁਰਦੁਆਰੇ ਵਿੱਚ ਲੈ ਕੇ ਆਵਾਂਗੇ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਡੇਰਾ ਪ੍ਰੇਮੀਆਂ ਦਾ ਹੱਥ ਹੈ, ਜਿੱਥੋਂ ਤੀਕਰ ਮੈਨੂੰ ਸ਼ੱਕ ਲੱਗਦਾ ਹੈ ਕਿ ਇਹ ਸਾਰਾ ਕੰਮ ਹੀ ਡੇਰਾ ਪ੍ਰੇਮੀਆਂ ਨੇ ਕਰਾਇਆ ਹੈ। ਜੋ ਪੰਜਾਬ ਦੇ ਵਿੱਚ ਅੱਗੇ ਹਾਲਾਤ ਬੜੀ ਮੁਸ਼ਕਲ ਨਾਲ ਸਹੀ ਹੋਏ ਨੇ, ਜੇ ਇਹ ਕੰਮ ਚੱਲਦਾ ਰਿਹਾ ਤਾਂ ਮੇਰੇ ਦੇਖਣ ਦੇ ਵਿੱਚ ਦੁਬਾਰਾ ਪੰਜਾਬ ਦੇ ਹਾਲਾਤ ਵਿਗੜਨਗੇ। ਸੋ ਅਸੀਂ ਇਸ ਕਰਕੇ ਇੱਕ ਦਰਖਾਸਤ ਜਿਹੜੀ SSP ਨੂੰ ਦੇਣ ਲੱਗੇ ਹਾਂ ਬਠਿੰਡਾ ਨੂੰ ਕਿ ਇਸ ਬੰਦੇ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਇੱਕ ਜਿਹੜੀ ਇੱਥੇ ਮੈਂਬਰਾਂ ਨੂੰ ਦੇਵਾਂਗੇ, ਦਰਖਾਸਤ ਦੇਵਾਂਗੇ ਕਿ ਇਸ ਪਾਰਟੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਕਿਉਂਕਿ ਡੇਰਾ ਪ੍ਰੇਮੀਆਂ ਦਾ ਸ਼ਰੇਆਮ ਜਿਹੜਾ ਸਿਸਟਮ ਹੈ ਉਹਨਾਂ ਨੇ ਸਾਰਾ ਖਰਾਬ ਕਰਨਾ ਹੈ। ਅਤੇ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਇਹ ਦੁਬਾਰਾ ਜਿਹੜਾ ਡੇਰਾ ਪ੍ਰੇਮੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਅਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪਾਰਟੀ ਦੇ ਵੀ ਖਿਲਾਫ਼ ਜਿਹੜੀ ਹੈ ਇਹ ਅਰਦਾਸ ਕਰਨ ਦੀ ਜਿਹੜੀ ਹੈ ਉਹਦੇ ਖਿਲਾਫ਼ ਕਾਰਵਾਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਕਾਰਨ ਕੀ ਹੈ, ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕੱਲ੍ਹ ਨੂੰ ਜਿਨ੍ਹਾਂ ਨੇ ਹਰਿਮੰਦਰ ਸਾਹਿਬ 'ਤੇ ਹਮਲੇ ਕੀਤੇ ਸੀ ਜਾਂ ਇਸ ਤੋਂ ਵੱਡੇ ਪੁਰਾਣੇ ਸਮੇਂ 'ਚ ਹੋਏ ਸੀ ਉਹਨਾਂ ਦੀਆਂ ਅਰਦਾਸਾਂ ਵੀ ਇਸ ਤਰ੍ਹਾਂ ਹੋਣ ਲੱਗ ਜਾਣਗੀਆਂ। ਸੋ ਜਿਸ ਕਰਕੇ ਮੈਂ ਇਹ ਕਹਿ ਰਿਹਾ ਪ੍ਰਸ਼ਾਸਨ ਨੂੰ ਕਿ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਮੈਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਦੇ ਅਗੇਂਸਟ ਜਿਹੜਾ ਪਾਠੀ ਸਿੰਘ ਹੈ ਤੁਰੰਤ ਇਹਨੂੰ ਬਰਖਾਸਤ ਕਰਨਾ ਚਾਹੀਦਾ ਅਤੇ ਇਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ। ਉਸੇ ਮਾਮਲੇ 'ਚ ਬਠਿੰਡਾ ਪੁਲਿਸ ਦੇ DSP ਦਵਿੰਦਰ ਸਿੰਘ ਨੇ ਵਕੀਲ ਭਾਈਚਾਰੇ ਨੂੰ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ 'ਤੇ ਕਾਰਵਾਈ ਕਰਨ ਅਤੇ ਉਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਵਾਇਆ। ਉਹ ਗੁਰਮੇਲ ਸਿੰਘ ਬੀੜ ਤਲਾਬ ਪਿੰਡ ਦਾ ਰਹਿਣ ਵਾਲਾ, ਬਸਤੀ ਨੰਬਰ 4 ਦਾ। ਉਹਨੇ ਸਾਡੇ ਕੋਲ ਜਿਹੜਾ ਵੀਡੀਓ ਵਾਇਰਲ ਹੋਈ ਹੈ ਅਤੇ ਉਹਦੇ 'ਤੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਛ ਵਕੀਲ ਭਾਈਚਾਰੇ ਵੱਲੋਂ, ਹਰਪਾਲ ਸਿੰਘ ਖਾਰਾ ਵੱਲੋਂ ਅਤੇ ਹੋਰ ਉਹਨਾਂ ਦੇ ਜਿਹੜੇ ਸਾਥੀਆਂ ਵੱਲੋਂ ਕੰਪਲੇਂਟ ਦਿੱਤੀ ਗਈ ਹੈ, ਜੋ ਵੀ ਇਹਨਾਂ ਨੇ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ, ਅਰਦਾਸ ਵਿੱਚ ਕੁਛ ਗਲਤ ਗੱਲਾਂ ਦਾ ਬੋਲੀਆਂ ਨੇ ਜਿਹੜੀ ਵੀਡੀਓ ਵਾਇਰਲ ਹੋਈ, ਅਸੀਂ ਉਹਦੀ ਜਿਹੜੀ ਕੰਪਲੇਂਟ 'ਤੇ ਉਹਦੀ ਕਾਰਵਾਈ ਕਰ ਰਹੇ ਹਾਂ।
ਹਾਂਜੀ ਅਰਦਾਸ ਕਿਹਦੇ ਵਿੱਚ ਕੀਤੀ ਸੀ? ਗੁਰਦੁਆਰਾ ਸਾਹਿਬ 'ਚ ਕੀਤੀ ਹੈ, ਪਿੰਡ ਦੇ ਗੁਰਦੁਆਰਾ ਸਾਹਿਬ 'ਚ, ਬੀੜ ਤਲਾਅ 'ਚ। ਹਾਂ, ਉਹਦੇ 'ਤੇ ਜੋ ਵੀ ਬਣਦੀ ਹੈ ਲੀਗਲ ਕਾਰਵਾਈ ਅਸੀਂ ਕਰ ਰਹੇ ਹਾਂ, ਅਤੇ ਜੋ ਕੰਪਲੇਂਟ ਆਈ ਉਹਦੇ 'ਤੇ ਨਹੀਂ, ਹਾਲੇ ਉਹ ਅਰੈਸਟ ਕਰਨਾ ਉਹਨੂੰ, ਜਦੋਂ ਹੋਊਗੀ ਪਰਚਾ ਦਰਜ ਹੋਊਗਾ, ਜੇ ਕਾਰਵਾਈ ਹੋਊਗੀ ਫਿਰ ਉਸ ਤੋਂ ਬਾਅਦ ਅਰੈਸਟ ਕਰਨਾ। ਗੁਰੂ ਘਰ 'ਚ ਗ੍ਰੰਥੀ ਸਿੰਘ ਵੱਲੋਂ ਰਾਮ ਰਹੀਮ ਨੂੰ ਰਿਹਾਅ ਕਰਵਾਉਣ ਬਾਰੇ ਕੀਤੀ ਅਰਦਾਸ ਨੇ ਕਈ ਵੱਡੇ ਲੀਡਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ, ਜਿਸ ਦੇ ਬਾਅਦ ਹੁਣ ਦੇਖਣਾ ਹੀ ਹੋਵੇਗਾ ਕਿ ਪੁਲਿਸ ਉਸ ਗ੍ਰੰਥੀ ਸਿੰਘ 'ਤੇ ਕੀ ਕਾਰਵਾਈ ਕਰੇਗੀ। ਬਿਊਰੋ ਰਿਪੋਰਟ, ਜਨਹਿਤੈਸ਼ੀ ਨਿਊਜ਼।